ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸੰਗਤ ਜੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਾਈ ਸਾਹਿਬ ਬਾਬਾ ਮਾਹਦੇਵ ਜੀ ਸੰਮਤ 1662 ਬਿਕਰਮੀ ਨੂੰ ਗੋਇੰਦਵਾਲ ਸਮਾਏ ਬਾਬਾ ਜੀ ਆਤਮ ਗਿਆਨ ਕਰਕੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪੁੱਜੇ ਹੋਏ ਸਨ ਇਹਨਾਂ ਨੇ ਆਪਣਾ ਚਲਾਣਾ ਕੁਝ ਦਿਨ ਪਹਿਲਾਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੱਸ ਦਿੱਤਾ ਸੀ ਉਸ ਉਪਰੰਤ ਸੱਤਾ ਬਲਵੰਡ ਨੂੰ ਮਾਫੀ ਦਵਾ ਕੇ ਜਦ ਭਾਈ ਲੱਦਾ ਲਾਹੌਰ ਗਿਆ ਤਾਂ ਉਸ ਪਾਸੋਂ ਗੁਰੂ ਸਾਹਿਬਾਂ ਦੀ ਬਹੁਤ ਮਹਿਮਾ ਸੁਣ ਕੇ ਲਾਹੌਰ ਦੇ ਰਹਿਣ ਵਾਲੇ ਫਿਰ ਚਾਰ ਭਗਤ ਗੁਰੂ ਜੀ ਪਾਸ ਅੰਮ੍ਰਿਤਸਰ ਆਏ ਇਹਨਾਂ ਨੇ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਹੋਰ ਭਗਤਾਂ ਦੀ ਬਾਣੀ ਆਪਣੇ ਗ੍ਰੰਥ ਵਿੱਚ ਲਿਖਵਾਈ ਹੈ ਸਾਡੀ ਵੀ ਲਿਖਵਾ ਲਵੋ ਫਿਰ ਉਹਨਾਂ ਨੇ ਆਪਣੀ ਬਾਣੀ ਵਾਰੀ ਵਾਰੀ ਗੁਰੂ ਜੀ ਨੂੰ ਸੁਣਾਈ ਪਹਿਲਾ ਕਹਾਨਾ ਬੋਲਿਆ ਉਹੀ ਰੇ ਮੈਂ ਉਹੀ ਰੇ ਜਾਕੋ ਵੇਦ ਪੁਰਾਨ ਸਭ ਗਾਵੈ ਖੋਜਿਤ ਖੋਜ ਨ ਕੋਈ ਰੇ ਜਾਕੋ ਨਾਰਦ ਸਰਦ ਸੇਵਾ ਸੇਵੇ ਦੇਵੀ ਦੇਵਾਰੇ ਬ੍ਰਹਮਾ ਬਿਸਨਮ ਹੇਸ ਅਰਾਧੈ ਸਭ ਕਰਦਾ ਜਾਕੀ ਸੇਵਾ ਰੇ ਕਹ ਕਾਨਾ ਅਸਮਸ ਸਰੂਪ ਹੈ ਅਪਰੰਪਰ ਅਲਕ ਅਪੇਵਾਰੇ ਪਬਤ ਕਾਨਾ ਪਾਸੋਂ ਉਸਦੀ ਇਹ ਬਾਣੀ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਸਾਡਾ ਮਤ ਭਗਤੀ ਦੇ ਦਾਸਾ ਭਾਵ ਵਾਲਾ ਹੈ ਪਰ ਤੁਸੀਂ ਆਪਣੇ ਆਪ ਨੂੰ ਉਸ ਦਾ ਹੀ ਰੂਪ ਦੱਸਦੇ ਹੋ ਜੋ ਸਾਡੇ ਸਿਧਾਂਤ ਦੇ ਅਨੁਕੂਲ ਨਹੀਂ ਹੈ ਇਸ ਕਰਕੇ ਅਸੀਂ ਇਸ ਨੂੰ ਗ੍ਰੰਥ ਸਹਿਬ ਵਿੱਚ ਲਿਖਵਾ ਨਹੀਂ ਸਕਦੇ ਦੂਜਾ ਭਗਤ ਪੀਲੋ ਬੋਲਿਆ ਪੀਲੋ ਅਸਾਂ ਨਾਲੋਂ ਸੇ ਭੜੇ ਜਮਦਿਆਂ ਜੂ ਮੋਏ ਉਹਨਾਂ ਚਿੱਕੜ ਪਾਵਨਾ ਬੋੜਿਆ ਨ ਅਲੋਧ ਪਏ ਪੀਲੋ ਦਾ ਇਹ ਸ਼ਬਦ ਸੁਣ ਕੇ ਗੁਰੂ ਜੀ ਨੇ ਕਿਹਾ ਸਾਡੇ ਮਤ ਵਿੱਚ ਗ੍ਰਸਥ ਪ੍ਰਦਾਨ ਮੰਨਿਆ ਹੈ ਪਰ ਤੁਸੀਂ ਇਸ ਨੂੰ ਨਿੰਦਿਆ ਹੈ ਇਸ ਕਰਕੇ ਇਹ ਵੀ ਸਾਡੇ ਗ੍ਰੰਥ ਵਿੱਚ ਲਿਖਣ ਦੇ ਯੋਗ ਨਹੀਂ ਹੈ ਫਿਰ ਛੱਜੂ ਭਗਤ ਬੋਲਿਆ ਕਾਗਦ ਸੰਧੀ ਪੁੱਤਰੀ ਤੋਨੈ ਤਰੀਆ ਨਿਹਾਰ ਯੋਂ ਹੀ ਮਾਰ ਲ ਜਾਵਹੀ ਜਥਾ ਬਲੋਚਣ ਧਾਰ ਗੁਰੂ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਜਿਸ ਤੋਂ ਸਾਰੇ ઋષਿ ਮੁਨੀ ਤੇ ਪੀਰ ਪਗੰਬਰ ਜਨਮ ਲੈਂਦੇ ਹਨ ਉਸ ਨੂੰ ਮਾੜਾ ਆਖਣਾ ਠੀਕ ਨਹੀਂ ਹੈ ਇਸ ਕਰਕੇ ਤੁਹਾਡਾ ਵਿਚਾਰ ਵੀ ਸਾਡੇ ਸਿਧਾਂਤ ਦੇ ਅਨੁਕੂਲ ਨਾ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਜਾ ਸਕਦਾ ਉਪਰੰਤ ਸ਼ਾਹ ਹੁਸੈਨ ਨੇ ਕਿਹਾ ਚੁੱਪ ਵਿੱਚ ਚੁੱਪ ਅੜਿਆ ਚੁੱਪ ਵੇ ਅੜਿਆ ਬੋਲਣ ਦੀ ਨਹੀਂ ਜਾਏ ਵੇੜਿਆ ਸੱਜਣਾ ਬੋਲਣ ਦੀ ਜਾਏ ਨਹੀਂ ਅੰਦਰ ਬਾਹਰ ਹਿੱਕਾ ਸਾਈ ਕਿਸ ਨੂੰ ਆਖ ਸੁਣਾਈ ਇੱਕੋ ਦਿਲਬਰ ਸਭ ਘਟਿਆ ਰਵਿਆ ਦੂਜੀ ਨਹੀਂ ਕਦਾਈ ਕਹੇ ਹੁਸੈਨ ਫਕੀਰ ਨਿਮਾਣਾ ਸਤਗੁਰ ਤੋਂ ਬਲ ਜਾਈ ਇਹ ਬਾਣੀ ਸੁਣ ਕੇ ਗੁਰੂ ਜੀ ਨੇ ਕਿਹਾ ਭਗਤ ਜੀ ਬੋਲਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਤੇ ਸੇਵਾ ਨਹੀਂ ਹੋ ਸਕਦੀ ਪਰ ਤੁਸਾਂ ਕਿਹਾ ਹੈ ਕਿ ਚੁੱਪ ਰਹੋ ਬੋਲਣ ਦੀ ਲੋੜ ਨਹੀਂ ਹੈ ਇਹ ਵੀ ਸਾਡੇ ਸਿਧਾਂਤ ਦੇ ਵਿਰੁੱਧ ਹੈ ਕਿਉਂਕਿ ਸਾਡਾ ਮਤ ਭਗਤੀ ਭਾਵ ਤੇ ਸੇਵਾ ਦਾ ਹੈ ਇਹ ਉੱਤਰ ਸੁਣ ਕੇ ਸਾਰੇ ਭਗਤ ਚੁੱਪ ਹੋ ਗਏ ਅਤੇ ਨਮਸਕਾਰ ਕਰਕੇ ਆਪਣੇ ਅਸਥਾਨਾਂ ਨੂੰ ਚਲੇ ਗਏ ਇਸ ਤਰ੍ਹਾਂ ਹੋਰ ਵੀ अनेका ਸ਼ਰਧਾਲੂ ਆਪਣੇ ਸੰਸੇ ਨਿਵਰਤ ਕਰਨ ਅਤੇ ਉਪਦੇਸ਼ ਲੈਣ ਗੁਰੂ ਜੀ ਪਾਸ ਆਉਂਦੇ ਰਹਿੰਦੇ ਹਨ ਜਿੰਨਾ ਵਿੱਚੋਂ ਕੁਝ ਪ੍ਰਸਿੱਧ ਇਸ ਪ੍ਰਕਾਰ ਹਨ ਇੱਕ ਦਿਨ ਭਾਈ ਪੂਰੀਆ ਤੇ ਚੂੜਪੱਟੀ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਆਏ ਯਥਾ ਸ਼ਕਤ ਭੇਟਾ ਰੱਖ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਮਹਾਰਾਜ ਅਸੀਂ ਆਪਣੇ ਪਿੰਡ ਦੇ ਚੌਧਰੀ ਹਾਂ ਸਾਨੂੰ ਬਹੁਤ ਝੂਠ ਬੋਲਣਾ ਪੈਂਦਾ ਹੈ ਅਸੀਂ ਇਸ ਦਾ ਤ્યાਗ ਕਿਸ ਤਰ੍ਹਾਂ ਕਰੀਏ ਗੁਰੂ ਜੀ ਨੇ ਕਿਹਾ ਆਪਣੇ ਨਗਰ ਵਿੱਚ ਇੱਕ ਧਰਮਸ਼ਾਲਾ ਬਣਵਾਓ ਅਤੇ ਦੋ ਵੇਲੇ ਸੰਗਤ ਕਰਿਆ ਕਰੋ ਅਤੇ ਰੋਜ ਦੇ ਰੋਜ ਬੋਲਿਆ ਹੋਇਆ ਸਾਰਾ ਝੂਠ ਸੰਧਿਆ ਦੇ ਦੀਵਾਨ ਵਿੱਚ ਸੰਗਤ ਨੂੰ ਸੁਣਾ ਦਿਆ ਕਰਨਾ ਜਦ ਇਹਨਾਂ ਨੇ ਗੁਰੂ ਜੀ ਦੇ ਉਪਦੇਸ਼ ਅਨੁਸਾਰ ਕੁਝ ਦਿਨ ਇਸ ਤਰ੍ਹਾਂ ਹੀ ਕੀਤਾ ਤਾਂ ਇਹ ਬੜੀ ਸ਼ਰਮ ਅਨੁਭਵ ਕਰਨ ਲੱਗੇ ਜਿਸ ਕਰਕੇ ਇਹ ਘੱਟੋ ਘੱਟ ਝੂਠ ਬੋਲਣ ਦਾ ਯਤਨ ਕਰਨ ਲੱਗੇ ਇਸ ਤਰ੍ਹਾਂ ਕਰਦੇ ਕਰਦੇ ਅੰਤ ਨੂੰ ਉਹਨਾਂ ਦੀ ਝੂਠ ਬੋਲਣ ਦੀ ਆਦਤ ਬਿਲਕੁਲ ਹੀ ਜਾਂਦੀ ਰਹੀ ਅਤੇ ਉਹ ਸੱਚ ਬੋਲਣ ਦੇ ਆਦੀ ਹੋ ਗਏ ਇੱਕ ਦਿਨ ਇਹਨਾਂ ਦੋ ਸਿੱਖਾਂ ਨੇ ਹਾਜ਼ਰ ਹੋ ਕੇ ਬੇਨਤੀ ਕੀਤੀ ਗੁਰੂ ਜੀ ਅਸੀਂ ਸਦਾ ਹੀ ਦੁਖੀ ਰਹਿੰਦੇ ਹਾਂ ਸਾਨੂੰ ਸੁੱਖ ਕਿਸ ਤਰ੍ਹਾਂ ਮਿਲ ਸਕਦਾ ਹੈ ਗੁਰੂ ਜੀ ਬੋਲੇ ਭਾਈ arogh sharir sushil istri aagyakar puttar ate dhan de sukh ਪਿਛਲੇ ਜਨਮ ਵਿੱਚ ਕੀਤੇ ਪੁੰਨ ਦਾਨ ਦਾ ਸਦਕਾ ਮਿਲਦੇ ਹਨ। ਗ੍ਰਹਿਸਤੀ ਦਾ ਵੱਡਾ ਧਰਮ ਦਾਨ ਪੁੰਨ ਕਰਨਾ ਤੇ ਨੇਕ ਕਮਾਈ ਹੀ ਹੁੰਦੀ ਹੈ। ਇਸ ਵਾਸਤੇ ਤੁਸੀਂ ਨੇਕ ਕਮਾਈ, ਦਾਨ ਪੁੰਨ ਅਤੇ ਸਤ ਸੰਗਤ ਕਰਿਆ ਕਰੋ, ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਬਾਲਾ ਤੇ ਕ੍ਰਿਸ਼ਨਾ ਪੰਡਤ ਬੜੀ ਸੁੰਦਰ ਕਥਾ ਕਰਕੇ ਲੋਕਾਂ ਨੂੰ ਪ੍ਰਸੰਨ ਕਰਿਆ ਕਰਦੇ ਸਨ। ਇੱਕ ਦਿਨ ਇਹਨਾਂ ਨੇ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਮਹਾਰਾਜ ਸਾਡੇ ਮਨ ਨੂੰ ਸ਼ਾਂਤੀ ਕਿਸ ਤਰ੍ਹਾਂ ਹੋਵੇ ਸਾਨੂੰ ਉਪਾਅ ਦੱਸੋ ਗੁਰੂ ਜੀ ਨੇ ਕਿਹਾ ਜੇਕਰ ਤੁਸੀਂ ਮਨ ਦੀ ਸ਼ਾਂਤੀ ਚਾਹੁੰਦੇ ਹੋ ਤਾਂ ਜਿਸ ਤਰ੍ਹਾਂ ਲੋਕਾਂ ਨੂੰ ਸਮਝਾਉਣ ਵਾਸਤੇ ਕਹਿੰਦੇ ਹੋ ਉਸ ਤਰ੍ਹਾਂ ਹੀ ਆਪ ਉਸ ਕਥਨੀ ਉੱਤੇ ਅਮਲ ਕਰਿਆ ਕਰੋ ਪਰਮੇਸ਼ਰ ਨੂੰ ਹਾਜ਼ਰ-ਨਾਜ਼ਰ ਜਾਣ ਕੇ ਉਸ ਨੂੰ ਸਦਾ ਯਾਦ ਰੱਖਿਆ ਕਰੋ ਜੇਕਰ ਧਨ ਇਕੱਠਾ ਕਰਨ ਵਾਸਤੇ ਕਥਾ ਕੀਤੀ ਜਾਵੇ ਤਾਂ ਮਨ ਨੂੰ ਸ਼ਾਂਤੀ ਨਹੀਂ ਹੋ ਸਕਦੀ ਧੰਨ ਦੀ ਲਾਲਸਾ ਲੱਗੀ ਰਹਿੰਦੀ ਹੈ ਇਸ ਕਰਕੇ ਨਿਸ਼ਕਾਮ ਹੋ ਕੇ ਕਥਾ ਕਰਿਆ ਕਰੋ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਵੇਗੀ ਇੱਕ ਦਿਨ ਗੁਰੂ ਜੀ ਨੂੰ ਇੱਕ ਸਮੁੰਦੇ ਨੇ ਬੇਨਤੀ ਕੀਤੀ ਕਿ ਮਹਾਰਾਜ ਸਨਮੁਖ ਕੌਣ ਹੁੰਦਾ ਹੈ ਤੇ ਬੇਮੁਖ ਕੌਣ ਹੁੰਦਾ ਹੈ ਗੁਰੂ ਜੀ ਨੇ ਬਚਨ ਕੀਤਾ ਭਾਈ ਸਨਮੁਖ ਉਹ ਹੈ ਜਿਹੜਾ ਸਦਾ ਆਪਣੇ ਮਾਲਕ ਦੀ ਆਗਿਆ ਵਿੱਚ ਰਹੇ ਜਿਵੇਂ ਪਰਮੇਸ਼ਰ ਨੇ ਪੁਰਸ਼ ਨੂੰ ਨਾਮ ਜਪਣ ਅਤੇ ਇਸ਼ਨਾਨ ਕਰਨ ਵਾਸਤੇ ਜਗਤ ਵਿੱਚ ਭੇਜਿਆ ਹੈ ਜਿਹੜਾ ਪੁਰਸ਼ ਇਸ ਹੁਕਮ ਦੀ ਪਾਲਣਾ ਵਿੱਚ ਸਰੀਰਕ ਸ਼ੁੱਧਤਾ ਲਈ ਅਤੇ ਇਸ਼ਨਾਨ ਕਰਦਾ ਹੈ ਮਨ ਦੀ ਸ਼ੁੱਧੀ ਵਾਸਤੇ ਨਾਮ ਜਪਦਾ ਹੈ ਅਤੇ ਸਰੀਰ ਅਰੋਗਤਾ ਵਾਸਤੇ ਨੰਗੇ ਭੁੱਖੇ ਨੂੰ ਜਥਾ ਸ਼ਕਤ ਦਾਨ ਕਰਦਾ ਹੈ ਉਹ ਸੰਮੁਖ ਹੈ ਐਸਾ ਪੁਰਸ਼ ਸਦਾ ਹੀ ਸੁਖੀ ਰਹਿੰਦਾ ਹੈ ਬੇਮੁਖ ਉਹ ਪੁਰਸ਼ ਜਿਹੜਾ ਸਦਾ ਮਾਇਆ ਦੇ ਵਿਹਾਰਾਂ ਵਿੱਚ ਹੀ ਲੱਗਾ ਰਹਿੰਦਾ ਹੈ ਆਪਣੇ ਮਾਲਕ ਪ੍ਰਭੂ ਪਾਸੇ ਕਦੀ ਧਿਆਨ ਨਹੀਂ ਦਿੰਦਾ ਐਸਾ ਪੁਰਖ ਸਦਾ ਦੁਖੀ ਰਹਿੰਦਾ ਹੈ ਕਰੇ ਕਰਾਏ ਆਪ ਪ੍ਰਭੂ ਸਭ ਕਿਛ ਤਿਸ ਹੀ ਹਾਥ ਜੈਸਾ ਬੀਜੈ ਸੋ ਲੁਣਾ ਕਰਮ ਇਹੇ ਹੇ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇਕਰ ਤੁਹਾਨੂੰ ਇਹ ਕਥਾ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਅਤੇ ਜੇਕਰ ਇਸ ਵਿੱਚ ਕੋਈ ਭੁੱਲਣਾ ਲੱਗੀ ਹੋਵੇ ਤਾਂ ਦਾਸ ਨੂੰ ਮਾਫ ਕਰਨਾ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਤਾਂ ਕਿ ਹਰ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ